ਪੀੜ ਹੋ ਗਈ ਏ ਹੇ ਕੁੜੀ ਕੀ ਕੀ ਕਿੰਨੇ ਸਹੀ ਸਨੇ ਤੂੰ ਦੱਸਣਾ ਪਏਗਾ ਤੇ ਮੇਰੇ ਟਿੱਡੇ ਚ ਬੜੀ ਪੀੜ ਹੋ ਰਹੀ ਏ लवली लवली ਨੂੰ ਦੱਸਨੀਆ ਬੜੇ ਚ ਰੁਕ ਗਿਆ ਦਾ ਮੈਂ लवली ਨਾਲ ਗੱਲ ਨਹੀਂ ਕੀਤੀ ਹੁਣੇ ਦੱਸਨੀਆ ਹੈਲੋ ਹੈਲੋ लवली ਪੁੱਤਰ ਨਮਸਤੇ ਨਮਸਤੇ ਕੀ ਹਾਲ ਏ ਤੇਰਾ ਹਾਂ ਠੀਕ ਹੈ ਮੇਰਾ ਵੀ ਚੰਗਾ ਬਹੁਤ ਚੰਗਾ ਬੜਾ ਮਜ਼ਾ ਆਇਆ ਅੱਜ ਤੇ ਬਹੁਤ ਹੀ ਮਜ਼ਾ ਆਇਆ ਕੀ ਦੱਸਾਂ ਤੈਨੂੰ ਮੈਂ ਦੱਸਨੀ ਆ ਧਿਆਨ ਨਾਲ ਸੁਣ ਬੜੀ ਮਜ਼ੇਦਾਰ ਗੱਲ ਹੈ ਮੈਨੂੰ ਨਾ ਮਿਸੀ ਸੇਠ ਦਾ ਫੋਨ ਆਇਆ ਉਹਨਾਂ ਨੇ ਕਿਹਾ ਮੈਂ ਕਾਲਕਾ ਜੀ ਮੰਦਿਰ ਜਾਣਾ ਹੈ ਤੂੰ ਤੁਸੀਂ ਮੇਰੇ ਨਾਲ ਚੱਲੋ ਮੈਂ ਕਿਹਾ ਠੀਕ ਹੈ ਚੱਲੋ ਤੁਸੀਂ ਮੇਰੇ ਨਾਲ ਤੋ ਮੈਂ ਚੱਲ ਪਈ ਤਾਂ ਅਸੀਂ ਮੰਦਿਰ ਪਹੁੰਚੇ ਪ੍ਰਸ਼ਾਦ ਲਿੱਤਾ ਤੇ ਅਸੀਂ ਮੰਦਿਰ ਚ ਜਾਂਦੇ ਪਈ ਸੀ ਉਹ ਮੇਰਾ ਪ੍ਰਸ਼ਾਦ ਨਾ ਥੱਲੇ ਡਿੱਗ ਪਿਆ ਤੇ ਮੈਂ ਜਦੋਂ ਉਹਨੂੰ ਚੁੱਕਣ ਲੱਗੀ ਤੇ ਮੈਂ ਚੁੱਕ ਕੇ ਪਿੱਛੇ ਵੇਖਿਆ ਤੇ ਮਿਸਿਸ ਸੇਟ ਹੈ ਨਹੀਂ ਤੇ ਮੈਂ ਤੇ ਨਾ ਪੁੱਤਰ ਉੱਥੇ ਕੀ ਸੀ ਨਾ ਬੜਾ ਰਸ਼ ਸੀ ਤੇ ਅਸੀਂ ਰੁਕ ਨਹੀਂ ਸਕਦੇ ਸੀ ਤੇ ਉਹ ਨਾਲ ਉਹ ਅੱਗੇ ਲੰਘ ਗਏ ਨੇ ਤੇ ਮੈਂ ਵੀ ਟੁਰ ਪਈ ਨਾਲ ਪਿੱਛੇ ਪਿੱਛੇ ਪਰ ਜਦੋਂ ਮੈਂ ਅੱਗੇ ਨਿਕਲੀ ਮੈਨੂੰ ਮਿਸਿਸ ਸੇਟ ਵੀ ਖੈ ਨਹੀਂ ਹੂੰ ਜੀ ਮੈਂ ਪੂਰਾ ਮੰਦਿਰ ਲੱਭ ਛੋੜਿਆ ਮੈਨੂੰ ਨਾ ਦਿਖੇ ਮੈਂ ਫੋਨ ਕੀਤਾ ਫੋਨ ਹੀ ਨਾ ਚੱਕਣ ਕਿੰਨੇ ਫੋਨ ਕਰ ਛੋੜੇ ਨੇ ਫੋਨ ਨਹੀਂ ਚੁੱਕਿਆ ਤੇ ਮੈਂ ਘਬਰਾ ਗਏ ਮੈਂ ਅਸ਼ੋਕ ਨੂੰ ਫੋਨ ਕੀਤਾ ਮੈਂ ਅਸ਼ੋਕ ਨੂੰ ਕਿਹਾ ਅਸ਼ੋਕ ਮਿਸਿਸ ਸੇਟ ਗੁੰਮ ਗਏ ਨੇ ਉਹ ਕਹਿੰਦਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਕਿਹਾ ਤੂੰ ਛੇਤੀ ਆ ਤੇ ਉਹ ਅਸ਼ੋਕ ਆਇਆ ਤੇ ਮੈਂ ਕਿਹਾ ਤੂੰ ਜਾ ਮੰਦਿਰ ਚ ਲੱਭ ਕੇ ਆ ਉਸ ਮੁੰਡੇ ਨੇ ਤਰੇ ਚੱਕਰ ਲਾਏ ਨੇ ਤੇ ਮਿਸਿਸ ਸੇਟ ਨਾਲ ਲੱਭੇ ਤੇ ਅਸੀਂ ਪਰੇਸ਼ਾਨ ਤੇ ਉਹ ਥੋੜੀ ਦੇਰ ਚ ਮੈਨੂੰ ਮਿਸਿਸ ਸੇਟ ਦਾ ਫੋਨ ਆਇਆ ਤੇ ਮਿਸਿਸ ਸੇਟ ਕਹਿੰਦੇ ਨੇ ਹੈਲੋ ਤੇ ਮੈਂ ਕਿਹਾ ਹੈਲੋ ਮਿਸਿਸ ਸੇਟ ਕਿੱਥੇ ਆ ਗਿਓ ਤੁਸੀਂ ਤੇ ਮਿਸਿਸ ਸੇਟ ਕਹਿੰਦੇ ਨੇ ਮੈਂ ਤੇ ਔਟੋ ਫੜ ਕੇ ਕਰ ਆ ਗਈ ਤੇ ਮੈਂ ਕਿਹਾ ਹੈ ਤੁਸੀਂ ਤੇ ਮੈਨੂੰ ਨਾਲ ਲੈ ਕੇ ਆਈ ਸੀ ਤੇ ਉਹ ਕਹਿੰਦੇ ਨੇ ਉਹ ਜੀ ਰਸ਼ ਸੀ ਤੇ ਮੈਂ ਅੱਗੇ ਲੰਘ ਗਈ ਤੇ ਮੈਨੂੰ ਤਾਂ ਸਮਝ ਆਈ ਕੋਈ ਨਾ ਮੈਂ ਕਿਹੜੇ ਗੇਟ ਚੋਂ ਨਿਕਲੀ ਆ ਤੇ ਮੈਂ ਆਟੋ ਫੜ ਕੇ ਘਰ ਆ ਗਈ ਤੇ ਤੁਸੀਂ ਨਾ ਮੇਰੀ ਚਪਲਾ ਨਾਲ ਲੈ ਕੇ ਆਣਾ ਮੈਂ ਕਿਹਾ ਚੰਗਾ ਤੇ ਮੈਂ ਕਿਹਾ অশੋਕ ਚਪਲਾ ਫੜ ਤੇ ਚੱਲ ਅਸੀਂ ਘਰ ਚਲੀਏ ਮੈਂ ਉਹਨੂੰ ਬਾਅਦ ਚਾਟ ਖਵਾਦੀ ਮੈਂ ਉਹਨੂੰ ਫੈਂਟਾ ਪਿਲਾਇਆ ਉਹਨੂੰ ਤੇ ਗੁੱਸਾ ਚੜਿਆ ਹੋਇਆ ਸੀ ਤੇ ਮੈਂ ਉਹਨੂੰ ਮਨਾ ਮਨੂ ਕੇ उन्ह दे कर उना दी चप्पल पेजियां ते मैं आप अपने घर आके हाय मेरा तो हँसा ही नहीं रुकदा पिया कुड़ीए हाँ नहीं थे दिस इज रिमी आंटी हियर अगर आपको ये वीडियो पसंद आया है तो आप इसे लाइक कमेंट शेयर और सब्सक्राइब ज़रूर कीजिए और बेल आइकन ज़रूर प्रेस करना ताकि आपको इसके फर्ट नो, नोटिफिकेशंस मिलते रहें सी यू बाय